ਵੀਰ ਜੀ, ਪਿਛਲੇ ਹਫ਼ਤੇ ਮੇਰੇ ਨਾਲ ਇੱਕ ਘਟਨਾ ਵਾਪਰੀ। ਘਟਨਾ ਉਹ ਦੱਸਣ ਜਾ ਰਿਹਾ। ਘਟਨਾ ਇਹ ਵਾਪਰੀ ਕਿ ਮੇਰਾ ਪਿੰਡ ਹੈਗਾ ਉੜਮੁੜਪੁਰੇ ਦੇ ਕੋਲੇ, ਇੱਕ ਛੋਟਾ ਜਿਹਾ ਪਿੰਡ ਆ 7 ਕਿਲੋਮੀਟਰ ਦੂਰ ਵਾਹੂਪੁਰਾ, ਅਤੇ ਮੇਰੇ ਪਿੰਡ 8 ਵਜੇ ਤੋਂ ਬਾਅਦ ਕੋਈ ਬੱਸ ਨਹੀਂ ਜਾਂਦੀ। ਅਤੇ ਮੈਂ ਉੜਮੁੜਪੁਰੇ ਲਾਸਟ ਬੱਸ 'ਤੇ 8 ਵਜੇ ਉੱਥੇ ਉਤਰ ਗਿਆ। ਅਤੇ ਉਤਰ ਕੇ ਪਹਿਲਾਂ ਮੈਂ ਵੇਟ ਕਰਨ ਲੱਗਿਆ, ਮੈਂ ਕਿਹਾ ਸ਼ਾਇਦ ਇੱਥੇ ਕੋਈ ਸਾਧਨ ਮਿਲ ਜੇ ਪਿੰਡ ਜਾਣ ਨੂੰ, ਪਰ ਮੈਨੂੰ ਕੋਈ ਸਾਧਨ ਨਹੀਂ ਮਿਲਿਆ। ਅਤੇ ਫਿਰ ਮੈਨੂੰ ਆਖਰ ਨੂੰ ਉੱਥੋਂ ਤੁਰਨਾ ਪਿਆ, ਪਿੰਡ ਵੱਲ ਨੂੰ ਤੁਰ ਪਿਆ। ਥੋੜ੍ਹੀ ਜਿਹੀ ਦੂਰ ਗਿਆ, ਮੇਰਾ ਦਿਲ ਕੀਤਾ, ਮੈਂ ਕਿਹਾ ਯਾਰ ਚਲੋ ਪੀ ਕੇ ਚੱਲਦੇ ਹਾਂ। ਪੀਣ ਨੂੰ ਦਿਲ ਕੀਤਾ, ਮੈਂ ਕਿਹਾ ਚਲੋ ਬੋਤਲ ਲੈ ਲੈਂਦੇ ਇੱਥੋਂ। ਅਤੇ ਮੈਂ ਤਕਰੀਬਨ ਸਾਰਾ ਪਿੰਡ ਹੀ ਉੱਥੇ ਘੁੰਮਦਾ ਰਿਹਾ, ਪਰ ਮੈਨੂੰ ਉੱਥੋਂ ਬੋਤਲ ਨਹੀਂ ਮਿਲੀ। ਫਿਰ ਮੈਂ ਉਸ ਪਿੰਡ ਦੇ ਇੱਕ ਬੰਦੇ ਨੂੰ ਪੁੱਛਿਆ, ਮੈਂ ਕਿਹਾ ਵੀਰ ਜੀ ਮੈਨੂੰ ਬੋਤਲ ਚਾਹੀਦੀ। ਕਹਿੰਦਾ ਨਾ ਜੀ ਇੱਥੋਂ ਨਹੀਂ ਮਿਲਣੀ ਜੀ। ਮੈਂ ਕਿਹਾ ਯਾਰ ਬਿਲਕੁਲ ਨਹੀਂ। ਕਹਿੰਦਾ ਬਿਲਕੁਲ ਹੀ ਨਹੀਂ ਜੀ। ਮੈਂ ਕਿਹਾ ਯਾਰ ਕੋਈ ਇਹਦੀ ਪਊਆ ਮਿਲ ਜੇ ਥੋੜ੍ਹਾ ਬਹੁਤਾ। ਕਹਿੰਦਾ ਨਹੀਂ ਜੀ, ਕਹਿੰਦਾ ਤੁਹਾਨੂੰ ਪੈਗ ਵੀ ਨਹੀਂ ਮਿਲਣਾ। ਮੈਂ ਕਿਹਾ ਕਿਉਂ ਜੀ, ਕੀ ਗੱਲ ਹੋ ਗਈ? ਕਹਿੰਦਾ ਤੁਹਾਨੂੰ ਨਹੀਂ ਪਤਾ। ਮੈਂ ਕਿਹਾ ਨਹੀਂ ਜੀ ਮੈਨੂੰ ਤਾਂ ਪਤਾ ਨਹੀਂ। ਕਹਿੰਦਾ ਜੀ ਕੈਪਟਨ ਸਾਹਿਬ ਨੇ ਪੂਰਾ ਨਸ਼ਾ ਬੰਦ ਕਰ ਦਿੱਤਾ। ਮੈਂ ਕਿਹਾ ਅੱਛਾ ਜੀ। ਅਤੇ ਫਿਰ ਮੈਂ ਪਿੰਡ ਵੱਲ ਨੂੰ ਤੁਰ ਪਿਆ, ਗੱਲ ਸੁਣ ਕੇ ਉਹਨਾਂ ਦੀ। ਤੁਰਿਆ ਗਾਂਹ, ਦੇਖਿਆ ਗਾਂਹ ਮੁਲਾਜ਼ਮ ਖੜ੍ਹੇ 4-5 ਗੱਡੀ ਲੈ ਕੇ। ਪਹਿਲਾਂ ਉਹਨਾਂ ਨੂੰ ਮੈਂ ਦੇਖ ਕੇ ਘਬਰਾ ਗਿਆ, ਫਿਰ ਮੈਂ ਲੰਘਣ ਲੱਗਿਆ ਉਹਨਾਂ ਦੇ ਕੋਲ ਦੀ, ਤਾਂ ਉਹਨਾਂ ਨੇ ਮੈਨੂੰ ਫੜ ਕੇ ਗੱਡੀ 'ਚ ਬਿਠਾ ਲਿਆ। ਮੈਨੂੰ ਕਹਿੰਦੇ ਦੱਸ ਤੇਰਾ ਕੀ ਕੀਤਾ ਓਏ? ਮੈਂ ਕਿਹਾ ਜੀ ਮੈਂ ਜਨਾਬ ਕੁਛ ਨਹੀਂ ਕੀਤਾ। ਕਹਿੰਦੇ ਦੱਸ ਦੇ ਤੂੰ ਕੀਤਾ ਕੀ ਆ? ਕਹਿੰਦੇ ਨਹੀਂ ਅਸੀਂ ਮਨਾਉਣ ਜਾਣਦੇ ਆ। ਮੈਂ ਕਿਹਾ ਨਹੀਂ ਜਨਾਬ ਮੈਂ ਕੁਛ ਨਹੀਂ ਕੀਤਾ। ਫਿਰ ਵਿੱਚੋਂ ਇੱਕ ਮੁਲਾਜ਼ਮ ਉਹਨਾਂ ਦਾ ਬੋਲਿਆ, ਕਹਿੰਦਾ ਐਂ ਦੱਸ ਦੇ ਪੜ੍ਹਿਆ ਲਿਖਿਆ ਕਿੰਨਾ, ਤੂੰ ਕੀ ਕੀਤਾ ਗਾ? ਮੈਂ ਕਿਹਾ ਜੀ ਮੈਂ ਕੰਪਿਊਟਰ ਦਾ ਕੋਰਸ ਕੀਤਾ ਗਾ, MCA ਕੀਤੀ ਹੋਈ ਆ। ਕਹਿੰਦੇ ਅੱਛਾ। ਫਿਰ ਉਹਨਾਂ ਨੇ ਇੱਕ ਮੁਲਾਜ਼ਮ ਨੂੰ ਦੱਸਿਆ, ਅਤੇ ਸਾਹਿਬ ਬੈਠੇ ਸੀ ਉਹਨਾਂ ਦੇ ਨਾਲ। ਉਹ ਕਹਿੰਦੇ ਵੀ ਐਂ ਕਰੋ, ਇਹਨਾਂ ਨੂੰ ਬਰਨਾਲੇ ਜ਼ਿਲ੍ਹੇ ਦਾ ਅਕਾਊਂਟੈਂਟ ਲਾ ਦਿਓ, ਅਤੇ ਜਿੰਨੇ ਵੀ ਕੰਮ ਹੋਣਗੇ ਕਸਬਿਆਂ ਦੇ ਜਾਂ ਫਿਰ ਪਿੰਡਾਂ ਦੇ, ਉਹ ਸਾਰੇ ਇਹਨਾਂ ਦੇ ਅੰਡਰ 'ਚ ਹੋਣਗੇ। ਅਤੇ ਬਾਕੀ ਇਹਨਾਂ ਨੂੰ ਦੱਸ ਦਿਓ ਵੀ 60-70 ਹਜ਼ਾਰ ਤੋਂ ਵੱਧ ਸੈਲਰੀ ਨਹੀਂ ਦਿੱਤੀ ਜਾਊਗੀ। ਅਤੇ ਮੈਂ ਕਿਹਾ ਜੀ ਕਿਉਂ ਜਨਾਬ ਤੁਸੀਂ ਮਜ਼ਾਕ ਕਰ ਰਹੇ ਹੋ? ਕਹਿੰਦੇ ਮਜ਼ਾਕ ਨਹੀਂ ਕਰ ਰਹੇ ਗੇ, ਕੈਪਟਨ ਸਾਹਿਬ ਨੇ ਸਾਡੀ ਇਹ ਡਿਊਟੀ ਲਾ ਰੱਖੀ ਆ ਵੀ ਬੰਦੇ ਚੱਕ ਚੱਕ ਕੇ ਲੈ ਕੇ ਆਉਣੇ, ਉਹਨਾਂ ਨੂੰ ਡਿਊਟੀਆਂ 'ਤੇ ਛੱਡ ਕੇ ਆਉਣਾ ਗਾ। ਅਤੇ ਮੈਂ ਕਿਹਾ ਜੀ ਜਨਾਬ ਮੈਨੂੰ 60-70 ਹਜ਼ਾਰ ਦੀ ਕੋਈ ਲੋੜ ਨਹੀਂ, ਸਿਰਫ ਮੈਨੂੰ ਮਹੀਨੇ ਦਾ 20 ਹਜ਼ਾਰ ਹੀ ਮਿਲੀ ਜਾਵੇ ਉਹੀ ਬਹੁਤ ਆ। ਉਹ ਇਹਨੇ 20 ਹਜ਼ਾਰ ਦੇ ਨਾਂ ਨੂੰ ਬੰਦੇ ਖੁਸ਼ ਹੋ ਗਏ, ਕਹਿੰਦੇ ਯਾਰ ਬੰਦਾ ਇਮਾਨਦਾਰ ਮਿਲ ਗਿਆ। ਚਲੋ ਉਹ ਕਹਿੰਦੇ ਐਂ ਕਰੋ ਤੁਸੀਂ ਫਟਾਫਟ ਇਹਦੀ ਡਿਊਟੀ ਕੱਲ੍ਹ ਸੁਬਾਹ ਤੋਂ ਜੁਆਇਨ ਕਰਾ ਦਿਓ। ਉਹ ਮੈਨੂੰ ਬਰਨਾਲੇ ਜ਼ਿਲ੍ਹੇ 'ਚ ਲੈ ਗਏ, ਬਰਨਾਲੇ ਉਹਨਾਂ ਨੇ ਮੈਨੂੰ ਆਫਿਸ 'ਚ ਬਿਠਾ ਦਿੱਤਾ, ਉੱਥੇ ਡਿਊਟੀ ਲਾ ਦਿੱਤੀ। ਅਤੇ ਮੈਨੂੰ ਇੱਕ ਗੱਡੀ ਦੇ ਦਿੱਤੀ ਅਤੇ ਡਰਾਈਵਰ ਦੇ ਦਿੱਤਾ, ਕੁਛ ਬੰਦੇ ਦੇ ਦਿੱਤੇ। 2 ਦਿਨ ਚੱਲਦਾ ਰਿਹਾ ਜੀ ਇਸ ਤਰ੍ਹਾਂ। ਅਤੇ 2 ਦਿਨ, ਤੀਸਰੇ ਦਿਨ ਜਿਹੜੇ ਕੈਪਟਨ ਸਾਹਿਬ ਨੇ ਸਮਾਰਟਫੋਨ ਵੰਡੇ ਸੀ ਉਹ ਮੇਰੇ ਪਾਪਾ ਜੀ ਨੂੰ ਵੀ ਮਿਲਿਆ। ਅਤੇ ਮੇਰੇ ਪਾਪਾ ਜੀ ਨੇ ਉਹ ਸਮਾਰਟਫੋਨ ਤੋਂ ਫੋਨ ਲਾਇਆ ਮੈਨੂੰ, ਅਤੇ ਜਿੱਦਾਂ ਹੀ ਰਿੰਗ ਵੱਜੀ ਫੋਨ ਵੱਜਿਆ ਅਤੇ ਮੈਂ ਚੱਕਿਆ, ਕਹਿੰਦੇ ਹੈਲੋ। ਮੈਂ ਕਿਹਾ ਹਾਂਜੀ ਪਾਪਾ ਜੀ, ਸਤਿ ਸ਼੍ਰੀ ਅਕਾਲ। ਕਹਿੰਦੇ ਸਤਿ ਸ਼੍ਰੀ ਅਕਾਲ, ਤਾਂ ਤੇਰੀ ਠੀਕ ਆ, ਤੂੰ ਹੈ ਕਿੱਥੇ, ਘਰੇ ਆ ਜਾ। ਪਹਿਲਾਂ ਮੈਂ ਉਹਨਾਂ ਨੂੰ ਦੱਸਣ ਲੱਗਿਆ ਵੀ ਮੈਨੂੰ ਤਾਂ ਜੋਬ ਮਿਲ ਗਈ ਆ, ਫਿਰ ਮੈਂ ਕਿਹਾ ਯਾਰ ਘਰੇ ਜਾ ਕੇ ਸਰਪ੍ਰਾਈਜ਼ ਹੀ ਦੇਵਾਂਗੇ। ਅਤੇ ਮੈਂ ਉਹਨਾਂ ਨੂੰ ਕਿਹਾ, ਮੈਂ ਕਿਹਾ ਜੀ ਆਉਣਾ ਆਉਣਾ ਕਹਿ ਕੇ ਮੈਂ ਫੋਨ ਕੱਟਤਾ। 15 ਕੁ ਮਿੰਟ ਹੋਏ ਸੀ, ਫਿਰ 15 ਮਿੰਟ ਉਸੇ ਸਮਾਰਟਫੋਨ ਤੋਂ ਕੈਪਟਨ ਵਾਲੇ ਤੋਂ ਜਿਹੜਾ ਮੇਰੇ ਪਾਪਾ ਜੀ ਨੂੰ ਦਿੱਤਾ ਸੀ, ਫਿਰ ਫੋਨ ਆ ਗਿਆ ਉਸੇ ਤੋਂ ਹੀ। ਉਹ ਕਹਿੰਦੇ ਹਾਂ ਤੂੰ ਬੰਦਾ ਬਣ ਕੇ ਆਉਣਾ ਕਿ ਤੈਨੂੰ ਆ ਕੇ ਲੈ ਕੇ ਜਾਵਾਂ। ਮੈਂ ਕਿਹਾ ਜੀ ਗੱਡੀ ਲੱਗ ਚੁੱਕੀ ਆ ਅਤੇ ਮੈਂ ਆਉਣਾ ਆਉਣਾ ਕਹਿ ਕੇ ਫਿਰ ਫੋਨ ਕੱਟਤਾ। ਆ ਤੀਜੀ ਵਾਰ ਫਿਰ ਰਿੰਗ ਨਹੀਂ ਵੱਜੀ ਗਈ, ਜੁੱਤੀ ਲਾ ਲਈ ਮੇਰੇ ਪਾਪਾ ਜੀ ਨੇ, ਸਿਰ 'ਚ ਮਾਰੀਆਂ 4-5। ਕਹਿੰਦਾ ਕੰਜਰਾ ਤੈਨੂੰ ਕਦੋਂ ਦਾ ਠਾਈ ਜਾਂਦਾ ਮੈਂ, ਅਤੇ ਤੂੰ ਖੇਸ ਲੈ ਕੇ ਫਿਰ ਉੱਤੇ ਲੈ ਕੇ ਸੌਂ ਜਾਂਦਾ। ਕਹਿ ਦੇਣਾ ਆਉਣਾ ਆਉਣਾ ਆਉਣਾ, ਕਦੋਂ ਆਉਣਾ ਗਾ? ਉਹ ਜਿਹੜੀਆਂ ਤੇਰੀਆਂ ਪਤੰਦਰਾਂ ਖੜੀਆਂ ਆਗਾ ਉੱਥੇ, ਅਤੇ ਉਹਨਾਂ ਨੂੰ ਪੱਠੇ ਕੌਣ ਲਿਆ ਕੇ ਦੇਊਗਾ? ਉਹ ਗੱਡੀ ਖੜੀ ਆ, ਬਲਦ ਜੋੜ ਲਾ ਅਤੇ ਚੁੱਪ ਚਾਪ ਖੇਤ ਜਾ, ਪੱਠੇ ਲੈ ਕੇ ਉਹਨਾਂ ਵਾਸਤੇ। ਅਤੇ ਮੈਂ ਉੱਠਿਆ ਅਤੇ ਜਦੋਂ ਨੀਂਦ ਖੁੱਲ੍ਹੀ ਅਤੇ ਮੈਂ ਹੁਣ ਚਾਹ ਤਾਂ ਕੀ ਪੀਣੀ ਸੀਗੀ, ਮੈਂ ਤਾਂ ਮੂੰਹ ਵੀ ਨਹੀਂ ਧੋਤਾ, ਉਵੇਂ ਖੇਤ ਚਲਾ ਗਿਆ। ਅਤੇ ਖੇਤ ਗਿਆ, ਨਾਲੇ ਤਾਂ ਮੈਂ ਪੱਠੇ ਵੱਢੀ ਜਾਵਾਂ, ਨਾਲੇ ਮੈਂ ਸੋਚੀ ਜਾਵਾਂ। ਮੈਂ ਕਿਹਾ ਰੱਬਾ ਯਾਰ ਕੈਪਟਨ ਸਾਹਿਬ ਤਾਂ ਸਾਨੂੰ ਬੇਵਕੂਫ ਬਣਾ ਗਿਆ, ਅਤੇ ਹੁਣ ਤੂੰ ਵੀ। ਫਿਰ ਮੈਂ ਸੋਚੀ ਜਾਵਾਂ ਵੀ ਸੁਪਨਾ ਟੁੱਟਣ ਤੋਂ ਪਹਿਲਾਂ ਜਿਹੜੀ ਜੋਬ ਵਾਲੀ ਫੀਲਿੰਗ ਮਹਿਸੂਸ ਹੋਈ, ਅਤੇ ਵੋਟਾਂ ਪੈਣ ਤੋਂ ਪਹਿਲਾਂ ਜਿਹੜੀ ਕੈਪਟਨ ਸਾਹਿਬ ਨੇ ਜੋਬ ਵਾਲੀ ਫੀਲਿੰਗ ਮਹਿਸੂਸ ਕਰਾਈ ਸੀ, ਉਹ ਦੋਨੋਂ ਸੇਮ ਹੀ ਸੀਗੀਆਂ।